ਜੀ ਅੱਜ ਅਸੀਂ ਪੂਰੇ SBS ਨਗਰ ਦੇ ਵਿੱਚ ਜਿਹੜਾ ਹੈਗਾ ਕਾਸੋ ਆਪਰੇਸ਼ਨ ਚਲਾਇਆ ਹੋਇਆ। ਜਿੱਦਾਂ ਕਿ ਤੁਹਾਨੂੰ ਪਤਾ ਅਸੀਂ ਕੱਲ੍ਹ ਵੀ ਕਾਫੀ ਜਗ੍ਹਾਵਾਂ 'ਤੇ ਜਿਹੜੇ ਡਰੱਗ ਹੌਟਸਪੌਟ ਹੈ ਉੱਥੇ ਕਾਸੋ ਆਪਰੇਸ਼ਨ ਚਲਾਇਆ ਸੀ। ਕੱਲ੍ਹ ਅਸੀਂ ਵੱਡੀ ਗਿਣਤੀ ਦੇ ਵਿੱਚ ਅਰੈਸਟ ਵੀ ਕੀਤੇ ਹੈ। ਕੱਲ੍ਹ ਟੋਟਲ 18 ਪਰਚੇ ਅਸੀਂ ਦਿੱਤੇ ਸੀਗੇ, ਜਿਹਦੇ 'ਚ 19 ਬੰਦੇ ਜਿਹੜੇ ਅਰੈਸਟ ਕੀਤੇ ਸੀ ਅਤੇ ਉਹਦੇ 'ਚ ਹੈਰੋਇਨ ਦੀ ਰਿਕਵਰੀ ਵੀ ਹੋਈ ਸੀ ਅਤੇ ਸ਼ਰਾਬ ਦੀ ਰਿਕਵਰੀ ਵੀ ਹੋਈ ਸੀਗੀ। ਉਸੇ ਤਰ੍ਹਾਂ ਅਸੀਂ ਅੱਜ ਵੀ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਹੈਗੇ ਕਾਸੋ ਆਪਰੇਸ਼ਨ ਚਲਾ ਰਹੇ ਹਾਂ। ਇਸੇ ਤਰ੍ਹਾਂ ਔੜ ਹੈ, ਗੜੱਪੜ ਹੈ, ਬਲਾਚੌਰ, ਬੰਗੇ, ਸਭ ਜਗ੍ਹਾ 'ਤੇ ਸਾਡੇ ਕਾਸੋ ਆਪਰੇਸ਼ਨ ਚੱਲਦੇ ਸੀ। ਜਿਹੜਾ ਹੁਣ ਤੱਕ ਹੈਗਾ ਅਸੀਂ ਕੁਛ ਬੰਦੇ ਰਾਊਂਡਅਪ ਕੀਤੇ ਆ, ਇਹਨਾਂ ਨੂੰ ਵੈਰੀਫਾਈ ਕਰ ਰਹੇ ਹਾਂ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਿਹੜੀ ਕੱਲ੍ਹ ਅਸੀਂ ਦਿੱਤੇ ਸੀਗੇ ਪਰਚੇ, ਉਹਦੇ 'ਚ ਕੁਛ 40 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਸੀਗੀ ਕਾਫੀ ਪਰਚਿਆਂ 'ਚ, ਅਤੇ ਕੁਛ 70 ਜਿਹੜੀਆਂ ਸੀਗੀਆਂ ਗੋਲੀਆਂ ਸੀਗੀਆਂ, ਨਸ਼ੀਲੀਆਂ ਗੋਲੀਆਂ, ਅਤੇ ਸ਼ਰਾਬ ਦੀ ਰਿਕਵਰੀ ਸੀ। ਇਹ ਅਸੀਂ ਇਹਨਾਂ 'ਤੇ ਕਾਫੀ ਦਿਨਾਂ ਦੀ ਸਖਤੀ ਕੀਤੀ ਹੋਈ ਹੈ। ਅੱਜ ਵੀ ਜਿੱਦਾਂ ਤੁਸੀਂ ਦੇਖ ਰਹੇ ਸੀ, ਸਾਡਾ ਪੂਰੇ ਇਸ ਏਰੀਏ 'ਚ ਕਾਸੋ ਆਪਰੇਸ਼ਨ ਚੱਲ ਰਿਹਾ, ਅਤੇ ਕੁਛ ਘਰਾਂ ਦੀ ਚੈਕਿੰਗ ਵੀ ਕੀਤੀ ਹੈ। ਬਹੁਤ ਜਿਹੜੇ ਘਰ ਹੈ ਉਹ ਤਾਲੇ ਲਾ ਕੇ ਭੱਜੇ ਹੋਏ ਹੋਏ, ਇਹਨਾਂ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਸਾਰਾ। ਅਤੇ ਇਹ ਜਿਹੜੇ ਜਿਨ੍ਹਾਂ ਜਿਨ੍ਹਾਂ 'ਤੇ ਪਰਚੇ ਹੋ ਰਹੇ ਨੇ, ਕਿਸੇ 'ਤੇ ਕੋਈ ਕਮਰਸ਼ੀਅਲ ਕੁਆਂਟੀ ਦਾ ਪਰਚਾ ਹੈ, ਇਹਨਾਂ ਦੀ ਜਿਹੜੀ ਅਸੀਂ ਪ੍ਰੋਪਰਟੀ ਅਟੈਚਮੈਂਟ ਦੀ ਵੀ ਕਾਰਵਾਈ ਕਰਾਵਾਂਗੇ, ਤਾਂ ਕਿ ਜਿਹੜਾ ਇਹਨਾਂ ਨੇ ਪ੍ਰੋਸੀਡ ਨਾਲ ਜੋ ਕੁਛ ਕਮਾਇਆ ਹੈਗਾ ਉਹ ਵੀ ਅਸੀਂ ਪ੍ਰੋਪਰਟੀ ਜਿਹੜੀ ਅਟੈਚ ਕਰਵਾ ਸਕੀਏ। ਇਹ ਸਾਰੇ ਜਿਹੜੇ ਇਹ ਨਸ਼ੇ ਦੇ ਕੰਮਾਂ 'ਚ ਇਨਵੋਲਵ ਹੈਗੇ ਆ, ਇਹਨਾਂ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਹਾਂ ਕਿ ਜਾਂ ਤਾਂ ਇਹ ਕੰਮ ਛੱਡ ਦੇਣ, ਨਹੀਂ ਤਾਂ ਜਿਹੜੀ ਅਸੀਂ ਇਹ ਬਣਦੀ ਕਾਨੂੰਨੀ ਕਾਰਵਾਈ ਇਹਨਾਂ 'ਤੇ ਕਰਾਂਗੇ। ਸਾਡੇ ਸਾਹਮਣੇ ਜਿਹੜਾ ਕੱਲ੍ਹ ਹੀ ਅਸੀਂ ਆਪਰੇਸ਼ਨ ਕੀਤਾ ਅਤੇ ਕੱਲ੍ਹ ਸਾਨੂੰ ਆਪਰੇਸ਼ਨ ਦੌਰਾਨ ਵੀ ਬਰਾਮਦਗੀਆਂ ਹੋਈਆਂ ਨੇ ਅਤੇ ਬਾਅਦ 'ਚ ਵੀ ਅਸੀਂ ਕਾਫੀ ਪਰਚੇ ਕੀਤੇ, ਜਿਵੇਂ ਕੱਲ੍ਹ ਵੀ ਸਾਡੇ ਕਾਸ ਆਪਰੇਸ਼ਨ ਹੋਇਆ, ਅੱਜ ਵੀ ਹੋਇਆ ਅਤੇ ਇਸ ਤੋਂ ਬਾਅਦ ਵੀ ਜਿਹੜਾ ਇਹ ਲਗਾਤਾਰ ਅਸੀਂ ਕਾਸ ਆਪਰੇਸ਼ਨ ਕਰਦੇ ਹਾਂ। ਇਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਰਾਹੀਂ ਅਸੀਂ ਇਹਨਾਂ ਨੂੰ ਸਖਤ ਚੇਤਾਵਨੀ ਦਿੰਦੇ ਹਾਂ ਕਿ ਇਹਨਾਂ 'ਤੇ ਅਸੀਂ ਪੂਰਾ ਜਿਹੜਾ ਸ਼ਿਕੰਜਾ ਕੱਸ ਕੇ ਰੱਖਾਂਗੇ, ਜਾਂ ਤਾਂ ਇਹ ਕੰਮ ਛੱਡ ਦੇਣ, ਨਹੀਂ ਤਾਂ ਅਸੀਂ ਇਹਨਾਂ 'ਤੇ ਪੂਰੀ ਸਖਤ ਕਾਰਵਾਈ ਕਰਾਂਗੇ।